ਸਿੱਧੂ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਪ੍ਰਧਾਨ ਬਣੇ ਗੱਲਾਂ ਬਹੁਤ ਕੀਤੀਆਂ ਪੰਜ ਤੁਸੀਂ ਆਪਣੀਆਂ ਜਿਹੜੀਆਂ ਗੱਲਾਂ ਨੇ ਮੰਗਾਂ ਨੇ ਉਹ ਰੱਖ ਕੇ ਆਏ ਮੁੱਖ ਮੰਤਰੀ ਕੈਪਟਨ ਕੋਲੇ ਇੱਕ ਇਹਨਾਂ ਦੀ ਵੀ ਮੰਗ ਆ ਵਿਚਾਰਿਆਂ ਦੀ ਈਡੀ ਟੀਚਰ ਵਾਲੇ ਜਿਹੜੇ ਪੱਕੇ ਕੀਤੇ ਜਾਣ ਇਹਨੂੰ ਨੌਕਰੀ ਦਿੱਤੀ ਜਾਵੇ ਗੱਲਾਂ ਹੀ ਰਹਿਣਗੀਆਂ ਗੱਲ ਵੀ ਕਰਾਂਗੇ ਦੋਸਤੋ ਅੱਜ ਬਾਈ ਲੱਖਾ ਸਧਾਣਾ ਪਹੁੰਚਿਆ ਪਟਿਆਲੇ 260 ਫੁੱਟ ਤੇ ਟਾਵਰ ਤੇ ਅਧਿਆਪਕ ਤਾਂ ਚੜਿਆ ਹੋਇਆ ਅਧਿਆਪਕ ਇੱਕ ਸਰਮਾਇਆ ਹੁੰਦਾ ਯਾਰ ਦੇਸ਼ ਦਾ ਇੱਥੇ ਲੋਕ ਇਹਨਾਂ ਤੋਂ ਪੜ੍ਹ ਕੇ ਵਿਗਿਆਨੀ ਬਣਦੇ ਆ ਇੰਜੀਨੀਅਰ ਬਣਦੇ ਆ ਤੇ ਬਾਈ ਲੱਖੇ ਨਾਲ ਵੀ ਤੁਹਾਡੀ ਗੱਲ ਕਰਾਉਂਦੇ ਆ ਮੀਂਹ ਨੇਰੀਆਂ ਬਾਈ ਦੇ ਉੱਤੇ ਉੱਤੋਂ ਦੀ ਵਗਿਆ 131 ਦਿਨ ਹੋ ਗਏ ਬਾਈ ਨੂੰ ਚਾਮੜੀ ਦਾ ਰੋਗ ਵੀ ਲੱਗ ਚੁੱਕਿਆ ਤੁਹਾਨੂੰ ਥੱਲੇ ਪੋਸਟਰ ਤੇ ਬਾਈ ਦੀ ਫੋਟੋ ਵੀ ਦਿਖਾਉਂਦੇ ਆ ਆਹ ਦੇਖੋ ਬਾਈ ਦਾ ਨਾਂ ਹੈਗਾ ਸੁਰਿੰਦਰਪਾਲ ਗੁਰਦਾਸਪੁਰ ਤੋਂ ਆ ਬਾਈ 131 ਦਿਨ ਹੋ ਗਏ ਆਹ ਦੇਖੋ ਬਾਈ ਲੱਖੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਆ ਹਾਂ ਭੈਣੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਧਰਨੇ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ 132 ਦਿਨ ਹੋ ਗਏ ਸਾਡੇ ਸਾਥੀ ਨੂੰ ਸੁਰਿੰਦਰਪਾਲ ਨੂੰ ਉੱਪਰ ਟਾਵਰ ਤੇ ਚੜੇ ਨੂੰ ਸਾਡੀ ਸਰਕਾਰ ਤੋਂ ਇਹ ਮੰਗ ਆ ਜਿਹੜੀ ETT ਦੀਆਂ ਪੋਸਟਾਂ ਨੇ ਉਹਦੇ ਵਿੱਚ ETT ਨੂੰ ਪਹਿਲ ਦਿੱਤੀ ਜਾਵੇ ਤੇ ਜਿਹੜੀ ਨਵੀਂ ਭਰਤੀ ਆ ਉਹ ਜਲਦੀ ਤੋਂ ਕੱਢੀ ਜਾਵੇ 8500 ਦੇ ਕਰੀਬ ਜਿਹੜੀਆਂ ਸਾਡੇ ਪੋਸਟਾਂ ਉਹ ਕੱਢੇ ਜਾਣ ਹੋਰ ਤੇ ਤਾਂ ਜੋ ਜਿਹੜਾ ਸਾਡਾ ਸਾਥੀ 132 ਦਿਨ ਹੋਗਾ ਜੋ ਉੱਪਰ ਬੈਠੇ ਨੂੰ ਅਸੀਂ ਉਹਨੂੰ ਨੀਚੇ ਉਤਾਰ ਸਕੀਏ ਉਹਨੂੰ ਜਿਹੜੀ ਚਮੜੀ ਦੀਆਂ ਪ੍ਰੋਬਲਮਾਂ ਜਿਹੜੀਆਂ ਬਿਮਾਰੀਆਂ ਲੱਗ ਰਹੀਆਂ ਨੇ ਤਾਂ ਸਾਨੂੰ ਐਵੇਂ ਵੀ ਕਿਤੇ ਜ਼ਿਆਦਾ ਪ੍ਰੋਬਲਮ ਨਾ ਹੋ ਜਾਏ ਸਾਡੀ ਸਰਕਾਰ ਤੋਂ ਇਹੀ ਮੰਗ ਆ ਜਿਹੜੀਆਂ ETT ਦੀਆਂ ਪੋਸਟਾਂ ਉਹਦੇ ਵਿੱਚ ETT ਨੂੰ ਪਹਿਲ ਦੇ ਕੇ ਭਰਤੀ ਜਿਹੜੀ ਕੰਪਲੀਟ ਕੀਤੀ ਜਾਵੇ ਤੇ ਨਵੀਂ ਭਰਤੀ ਕੱਢੀ ਜਾਵੇ ਤੇ ਨਾਲ ਹੀ ਜਿਹੜੀਆਂ ਵਾਧੂ ਸ਼ਰਤਾਂ ETT ਦੀਆਂ ਪੋਸਟਾਂ ਤੇ ਲੱਗੀਆਂ ਇਹਨਾਂ ਨੂੰ ਹਟਾਈਆਂ ਜਾਵੇ ਅਸੀਂ ਇੱਥੇ ਜਿਹੜੇ ਲੱਖਾ ਸਦਾਣੇ ਇੱਥੇ ਪਹੁੰਚੇ ਨੇਗੇ ਸਾਡੇ ਧਰਨੇ ਦੇ ਵਿੱਚ ਸਮੂਲੀ ਦਿੱਤੀ ਆ ਉਹਨਾਂ ਨੇ ਜਿਹੜੇ ਆਪਦੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਤੁਹਾਡੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕੋਈ ਵੀ ਸਮੱਸਿਆ ਆਉਂਦੀ ਆ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ ਅਸੀਂ ਉਹਨਾਂ ਦਾ ਇੱਥੇ ਧਰਨੇ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਠੀਕ ਹੈ ਜੀ ਬਾਈ ਲੱਖੇ ਕੀ ਕਹਿਣਾ ਚਾਹੁੰਦੇ ਧਰਨੇ ਤੇ ਪਹੁੰਚੋ ਤੁਸੀਂ ਅੱਜ ਇਹਨਾਂ ਦਾ ਦਰਦ ਆ ਨਾ ਜਿਹੜਾ ਹੁਣ ਇਹ ਭੈਣ ਬੋਲੀ ਆ ਸਾਰੇ ਭਰਾ ਬੈਠੇ ਆ ਕੁੜੀਆਂ ਬੈਠੀਆਂ ਸਾਰੀਆਂ ਸ਼ਰਮ ਕਰਨੀ ਚਾਹੀਦੀ ਹੈ ਮੈਂ ਕਹਿੰਦਾ ਕੈਪਟਨ ਅਰਗਿਆਂ ਨੂੰ ਇਸ ਸਰਕਾਰ ਨੂੰ ਇੱਥੋਂ ਦੇ ਸਿੱਖਿਆ ਮੰਤਰੀ ਨੂੰ ਕਿ ਯਾਰ ਤੁਸੀਂ ਘਰ ਘਰ ਨੌਕਰੀਆਂ ਦੇ ਵਾਅਦੇ ਕੀਤੇ ਉਹ 131 ਦਿਨ ਹੋ ਗਏ ਵਿਚਾਰਾ ਉਹ ਨੌਜਵਾਨ ਉੱਤੇ ਬੈਠਾ ਸੁਰਿੰਦਰਪਾਲ ਨਾ ਬਾਈ ਸੁਰਿੰਦਰਪਾਲ ਮੁੰਡਾ ਚਮੜੀ ਉਹਦੀ ਉੱਪਰੋਂ ਉਧੜਨ ਲੱਗ ਗਈ ਲੱਤਾਂ ਬਾਹਾਂ ਉਹਦੀਆਂ ਕੰਮ ਕਰਨਾ ਛੱਡ ਗਈਆਂ ਵਿਚਾਰਾ ਐਨ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਪਰ ਹਾਲੇ ਤੱਕ ਆ ਪਟਿਆਲੇ ਦੇ ਵਿੱਚ ਆ ਨੇੜੇ ਇੱਥੇ ਕੈਪਟਨ ਬੈਠਾ ਨੇੜੇ ਪ੍ਰਨੀਤ ਕੌਰ ਬੈਠੀ ਆ ਬ੍ਰਹਮਿੰਦਰਾ ਬੈਠਾ ਇੱਧਰ ਸਿੱਧੂ ਬੈਠਾ 100 ਮੀਟਰ ਦੇ ਉੱਤੇ ਹਾਲੇ ਤੱਕ ਕੋਈ ਬੰਦਾ ਸਾਰ ਨਹੀਂ ਲੈਣ ਆਇਆ ਡਾਂਗਾਂ ਨਾਲ ਕੁੱਟੇ ਵੀ ਗਏ ਸਿਰ ਵੀ ਇਹਨਾਂ ਨੇ ਪਾੜੇ ਪਰਚੇ ਵੀ ਕੀਤੇ ਜੇਲ੍ਹਾਂ ਦੇ ਵੀ ਸਿੱਟੇ ਆ ਦੇਖੋ ਕਿਹਦਾ ਦਿਲ ਕਰਦਾ ਯਾਰ ਘਰੋਂ ਬੇਘਰ ਹੋਏ ਬੈਠੇ ਆ ਆ ਨੌਜਵਾਨ ਮਟਿਆਰਾਂ ਕੁੜੀਆਂ ਨੇ ਆ ਨੌਜਵਾਨ ਮੁੰਡੇ ਬੈਠੇ ਨੇ ਘਰ ਛੱਡੀ ਬੈਠੇ ਆ ਇੱਕ ਵਿਚਾਰਾ ਉਹ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਜਿਹੜਾ ਤਾਂ ਬੈਠਾ ਇੱਥੇ ਹੁਣ ਗੱਲ ਆ ਜਾਂਦੀ ਆ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕੋ ਤੁਹਾਡਾ ਫਰਜ਼ ਬਣਦਾ ਕਿ ਜਦੋਂ ਆਹ ਲੀਡਰ ਤੁਹਾਡੇ ਪਿੰਡਾਂ ਚ ਆਉਂਦੇ ਨੇ ਤੁਹਾਡੇ ਕੋਲ ਆ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਵੱਡੇ ਵੱਡੇ ਦਮਗਜੇ ਮਾਰਦੇ ਅਸੀਂ ਐ ਕਰ ਦਿਆਂਗੇ ਉਹ ਕਰ ਦਿਆਂਗੇ ਅਸੀਂ ਆਹ ਕਰਤਾ ਵਾਹ ਕਰਤਾ ਇਹਨਾਂ ਕੋਲੇ ਜਿੱਥੇ ਅਸੀਂ ਕਿਸਾਨੀ ਨਾਲ ਸੰਬੰਧ ਸਵਾਲ ਨੇ ਚਿੱਟੇ ਨਾਲ ਮਰ ਰਹੇ ਸਾਡੇ ਨੌਜਵਾਨਾਂ ਦੇ ਸਵਾਲ ਨੇ ਸਾਡੀ ਮਜ਼ਦੂਰਾਂ ਦੇ ਸਾਡੇ ਸਵਾਲ ਨੇ ਸਾਡੇ ਕਿੰਨੇ ਸਵਾਲ ਨੇ ਪੰਜਾਬ ਦੇ ਆਹ ਬੇਰੁਜ਼ਗਾਰੀ ਦਾ ਸਵਾਲ ਹੈ ਇਹਨਾਂ ਨੂੰ ਇਹ ਸਵਾਲ ਵੀ ਜ਼ਰੂਰ ਪੁੱਛੋ ਕਿ ਜਿਹੜੇ ETT ਟੀਚਰ ਨੇ ਪਟਿਆਲੇ ਬੈਠੇ ਨੇ ਜਿਹੜੇ ਕੱਚੇ ਸਾਡੇ ਉੱਥੇ ਮੁਲਾਜ਼ਮ ਹੈ ਚੰਡੀਗੜ੍ਹ ਬੈਠੇ ਆ ਮੋਹਾਲੀ ਬੈਠੇ ਆ ਜਿਹੜੇ ਸਿੱਖਿਆ ਬੋਰਡ ਦੇ ਦਫ਼ਤਰ ਦੇ ਉੱਤੇ ਬੈਠੇ ਆ ਉਹ ਜਾਂ ਹੋਰ ਸਾਡੇ ਪੰਜਾਬ ਦੇ ਹਜ਼ਾਰਾਂ ਲੱਖਾਂ ਜਿਹੜੇ ਮੁਲਾਜ਼ਮ ਨੇ ਲੜ ਰਹੇ ਨੇ ਆਪਣੀਆਂ ਕੋਈ ਤਨਖਾਹਾਂ ਲਈ ਲੜ ਰਿਹਾ ਕਈਆਂ ਨੂੰ ਕਈ ਕਈ ਮਹੀਨੇ ਹੋ ਗਏ ਤਨਖਾਹਾਂ ਹੀ ਨਹੀਂ ਮਿਲੀਆਂ ਕਈ ਕੱਚੇ ਤੁਰੇ ਫਿਰਦੇ ਆ ਪੱਕੇ ਨਹੀਂ ਹੋਏ ਕਈਆਂ ਨੂੰ ਕੱਢ ਦਿੱਤਾ ਗਿਆ ਤਾਂ ਉਹਨਾਂ ਲਈ ਵੀ ਸਵਾਲ ਕਰਿਆ ਕਰੋ ਬਾਈਕਾਟ ਕਰਨਾ ਛੱਡੋ ਬਾਈਕਾਟ ਮਸਲੇ ਦਾ ਹੱਲ ਨਹੀਂ ਹੈਗਾ ਤੁਸੀਂ ਬਾਈਕਾਟ ਕਰਦਾ ਵੋਟ ਲਾਉਣਾ ਪਿੰਡ ਨੂੰ ਲੀਡਰ ਨਹੀਂ ਬਣ ਦੇਣਾ ਠੀਕ ਆ ਤੁਸੀਂ ਬਣਨ ਨਾ ਦਿਓਗੇ ਬਾਈ ਦੀਆਂ ਵੋਟਾਂ ਆਉਂਦੀਆਂ ਨੇ ਉਹਨਾਂ ਦੇ ਚੇਲੇ ਚਮਚੇ ਹੈਗੇ ਇੰਨੇ ਕੁ ਉਹਨਾਂ ਦੇ ਚਮਚਿਆਂ ਨੇ ਉਹਨੇ ਵੋਟਾਂ ਪਾ ਦੇਣੀਆਂ ਉਹਨਾਂ ਨੇ ਫਿਰ MLA ਬਣ ਕੇ ਸਰਕਾਰ ਬਣਾ ਲੈਣੀਆਂ ਫਿਰ ਤੁਹਾਡੇ 5 ਸਾਲ ਡਾਂਗਾਂ ਮਾਰਨੇ ਜੁੱਤੀਆਂ ਮਾਰ ਹੁਣ ਲੁੱਟਣਾ ਕੁੱਟਣਾ ਕੀ ਹੱਲ ਕੱਢੋਗੇ 92 ਦੇ ਵਿੱਚ ਆਪਾਂ ਬਾਈਕਾਟ ਕੀਤਾ ਪੰਜਾਬ ਦੇ ਲੋਕਾਂ ਨੇ ਬੈਂਤਾ ਮੁੱਖ ਮੰਤਰੀ ਬਣ ਗਿਆ ਉਹ ਬੈਂਤੇ ਬੁੱਚੜ ਨੇ ਸਾਡਾ ਕੀ ਕੀਤਾ ਸਾਡੇ ਮੁੰਡੇ ਕੋਹ ਕੇ ਮਾਰੇ ਝੂਠੇ ਪੁਲਿਸ ਮੁਕਾਬਲਿਆਂ ਚ ਸਾਡੀਆਂ ਕੁੜੀਆਂ ਨਾਲ ਬਲਾਤਕਾਰ ਹੋਏ ਥਾਣਿਆਂ ਦੇ ਵਿੱਚ ਉਹ ਇੰਨਾ ਤਸ਼ੱਦਦ ਹੋਇਆ ਸਾਡੀ ਸੁਣ ਕੇ ਵੀ ਰੂਹ ਕੰਬ ਜਾਂਦੀ ਹੈ ਕਿੰਨੇ ਮਾਝਾ ਸਾਰਾ ਮਾਝਾ ਖਾਲੀ ਕਰਤਾ ਸੀ ਮਾਝੇ ਦੇ ਕਈ ਪਿੰਡਾਂ ਦੇ ਵਿੱਚੋਂ ਕਈ ਕਈ ਸਾਲ ਬਰਾਤਾਂ ਨਹੀਂ ਚੜੀਆਂ ਕਿਹਦਾ ਕਰਕੇ ਬਾਈਕਾਟ ਕਰਤਾ ਬਾਈਕਾਟ ਨਾ ਕਰੋ ਮਸਲੇ ਦਾ ਬਾਈਕਾਟ ਕਰਕੇ ਹੱਲ ਨਹੀਂ ਪਿੰਡ ਚ ਬੁਲਾਓ
ਬੁਲਾ ਕੇ ਸਾਰੇ ਸਵਾਲ ਰੱਖੋ, ਆਹ ਸਵਾਲ ਵੀ ਰੱਖੋ ਕਿ ਸਾਡੇ ਟੀਚਰ ਜਿਹੜੇ ਬੈਠੇ ਆ ਭਾਈ, ਟੀਚਰ ਮਾਸਟਰ, ਮਾਸਟਰ ਦਾ ਸਮਾਜ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ। ਸਮਾਜ ਨੂੰ, ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਕਿਵੇਂ ਉੱਚਾ ਚੱਕਣਾ, ਸਮਾਜ ਦੇ ਨਾਗਰਿਕਾਂ ਨੂੰ, ਸਮਾਜ ਦੇ ਇਨਸਾਨ ਨੂੰ ਕਿਵੇਂ ਯੋਗ ਬਣਾਉਣਾ, ਇਹ ਮਾਸਟਰ ਦੇ ਸਾਰੇ ਹੁੰਦਾ, ਅਧਿਆਪਕ ਦੇ ਸਾਰੇ ਹੁੰਦਾ। ਤੇ ਉਹ ਮਾਸਟਰ ਡਾਂਗਾ ਖਾਂਦੇ ਆ, ਚੁੰਨੀਆਂ ਰੁਲਦੀਆਂ ਨੇ, ਗੁੱਤਾਂ ਪੱਟੀਆਂ ਜਾਂਦੀਆਂ ਨੇ, ਡਾਂਗਾ ਪੈਂਦੀਆਂ ਨੇ, ਸਿਰ ਪਾੜੇ ਜਾਂਦੇ ਨੇ, ਪਰਚੇ ਮਿਲਦੇ ਨੇ। ਕਈ ਤਾਂ ਦੱਸਿਆ ਬੈਂਕਾਂ ਨੇ, ਕਈ ਵਿਚਾਰੇ ਈਟੀ ਟੀਚਰ ਨਾ ਘਰੇ ਬੈਠੇ ਖੁਦਕੁਸ਼ੀਆਂ ਕਰ ਗਏ। ਮੈਂ ਉਹ ਵੀ ਅਪੀਲ ਕਰਦਾ, ਖੁਦਕੁਸ਼ੀ ਮਸਲੇ ਦਾ ਹੱਲ ਨੀ, ਖੁਦਕੁਸ਼ੀ ਨੀ, ਲੜਨਾ ਮਰਨਾ ਲੜ ਕੇ ਸੰਘਰਸ਼ ਕਰਕੇ ਮਰੋ, ਕੋਈ ਗੱਲ ਨੀ, ਹੱਲ ਵੀ ਕੋਈ ਮਸਲੇ ਦਾ ਹੱਲ ਵੀ ਹੋਜੂਗਾ। ਘਰੇ ਬਹਿ ਕੇ ਆਪਾਂ ਜੇ ਇਸ ਤਰ੍ਹਾਂ ਚੁੱਪ ਚੁਪੀ ਉੱਤੇ ਆਪਾਂ ਮੌਤ ਨੂੰ ਗੱਲ ਨਾਲ ਲਾ ਲਾਂਗੇ, ਉਸ ਮਸਲੇ ਸਰਕਾਰਾਂ ਤੇ ਕੋਈ ਭਰਾਵੋ ਅਸਰ ਨਹੀਂ ਹੋਣਾ। ਅਗਲੀ ਗੱਲ ਮੈਂ ਸਿੱਧੂ ਸਾਹਿਬ ਤੁਹਾਨੂੰ ਕਹਿਣਾ ਚਾਹੁੰਦਾ, ਤੁਸੀਂ ਪ੍ਰਧਾਨ ਬਣੇ, ਗੱਲਾਂ ਬਹੁਤ ਕੀਤੀਆਂ, ਪੰਜ ਤੁਸੀਂ ਆਪਣੀਆਂ ਜਿਹੜੀਆਂ ਗੱਲਾਂ ਨੇ, ਮੰਗਾਂ ਨੇ, ਉਹ ਰੱਖ ਕੇ ਆਏ ਆ ਮੁੱਖ ਮੰਤਰੀ ਕੈਪਟਨ ਕੋਲੇ। ਇੱਕ ਇਹਨਾਂ ਦੀ ਵੀ ਮੰਗ ਆ ਵਿਚਾਰਿਆਂ ਦੀ ਵੀ ਈਡੀ ਟੀਚਰ ਵਾਲੇ ਜਿਹੜੇ ਪੱਕੇ ਕੀਤੇ ਜਾਣ, ਇਹਨੂੰ ਨੌਕਰੀ ਦਿੱਤੀ ਜਾਵੇ। ਗੱਲਾਂ ਹੀ ਰਹਿਣਗੀਆਂ ਕਿ ਹੱਲ ਵੀ ਕਰੋਗੇ? ਵਾਲੇ ਬੰਦੇ ਕਹਿੰਦੇ ਨੇ ਸਿੱਧੂ ਨੂੰ ਦੇਖ ਤਾਂ ਲਓ ਯਾਰ, ਦੇਖ ਲੈਂਦੇ ਆ ਭਾਈ, 6 ਮਹੀਨੇ ਸਿੱਧੂ ਕੋਲ ਸਮਾਂ ਹੈਗਾ, ਕਰਦੇ ਸਿੱਧੂ ਮਸਲਿਆਂ ਦਾ ਹੱਲ, ਦੇਵੇ ਇਹਨਾਂ ਨੂੰ ਨੌਕਰੀ, ਕਰਾਵੇ ਬੇਅਦਮੀਆਂ ਹੋਈਆਂ ਦਾ ਇਨਸਾਫ, ਰੋਕੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਪਿੰਡ ਪਿੰਡ ਘਰ ਘਰ ਵਿਕ ਰਿਹਾ ਚਿੱਟਾ, ਮਰ ਰਹੇ ਨੌਜਵਾਨ, ਕਰਾਓ ਹੱਲ ਨਾ ਫਿਰ। ਇਕੱਲੀਆਂ ਗੱਲਾਂ ਹੀ ਨੇ ਸਿੱਧੂ ਸਾਹਿਬ, ਜਿੰਨਾ MLA ਨੂੰ ਤੁਸੀਂ ਮਾੜਾ ਕਹਿੰਦੇ ਸੀ, ਮੰਤਰੀਆਂ ਨੂੰ ਕਹਿੰਦੇ ਸੀ ਚੋਰ ਨੇ, ਇਹ ਰਿਸ਼ਵਤਖੋਰ ਨੇ, ਉਹਨਾਂ ਨੂੰ ਤੁਸੀਂ ਘਰੋ ਘਰੀ ਜਾ ਕੇ ਮਿਲਣ ਲੱਗ ਗਏ, ਜੱਫੀਆਂ ਪਾਉਣ ਲੱਗ ਗਏ, ਆਹ 100 ਮੀਟਰ ਤੇ ਬੈਠੇ ਹੋ, ਪਹਿਲੇ ਦਿਨ ਹੀ ਤੁਸੀਂ ਪ੍ਰਧਾਨ ਬਣੇ ਆ, ਪਹਿਲੇ ਦਿਨ ਇਹਨਾਂ ਦੀ ਗੱਲ ਕੀਤੀ ਸੀ, ਪਰ 15 ਦਿਨ ਹੋ ਗਏ ਇਹਨੂੰ ਆ ਕੇ ਮੇਲੇ ਤੱਕ ਨੀ ਹਲੇ। ਸੋ ਗੱਲਾਂ ਦਾ ਕੜਾਹ ਤੁਹਾਡੇ ਕੋਲ ਵੀ ਹੈ, ਸਾਡੇ ਲੋਕ ਟੀਕਾ ਕੜਾਹ ਤੇ ਲੱਗੇ ਹੋਏ ਆ, ਕੜਾਹ ਖਾਈ ਜਾਂਦੇ ਆ ਤੇ ਆਹ ਭੁਗਤੀ ਜਾਂਦੇ ਆ। ਇਸ ਕਰਕੇ ਮੈਂ ਪੰਜਾਬ ਦੇ ਲੋਕੋ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਜੇ ਹੁਣ ਨਾ ਸੜਕਾਂ ਤੇ ਆਏ, ਨਾ ਸੰਭਲੇ, ਹਾਲੇ ਵੀ ਇਹਨਾਂ ਆ ਬਾਦਲਾਂ ਕਾਂਗਰਸ ਕਾਨੇ ਕੰਧੇੜੀ ਚੜੇ ਰਹੇ ਨਾ, ਤਾਂ ਬਹੁਤ ਵੱਡਾ ਨੁਕਸਾਨ ਖਾ ਜਾਓਗੇ। ਆਹ ਦੇਖੋ ਨਾ ਬੀਬਾ ਬਾਦਲ ਕਿਵੇਂ ਡਰਾਮੇ ਕਰ ਰਹੀ ਆ, ਉੱਥੇ ਫੜ ਕੇ ਤਖਤਾ, ਕਦੇ ਤੋਮਰ ਦੇ ਮੂਹਰੇ ਹੋ ਜਾਂਦੀ ਆ, ਕਦੇ ਕਿਸੇ ਦੇ ਮੂਹਰੇ ਹੋ ਜਾਂਦੇ, ਕਦੇ ਬੋਲਦੀ ਆ ਤੁਸੀਂ ਐ ਕਰਤਾ। ਕੱਲ ਮੈਂ ਬੋਲਦੀ ਸੁਣੀ, ਬੀਬਾ ਜੀ ਬੋਲ ਰਹੇ ਨੇ ਕਿ ਮੈਂ ਤਾਂ 2 ਸਾਲ ਤੋਂ ਰੌਲਾ ਪਾ ਰਹੀ ਹਾਂ। ਉਹ ਬੀਬਾ ਤੁਸੀਂ ਦਸਤਖਤ ਕਰਨ ਵਾਲੇ, ਤੁਸੀਂ ਮੋਦੀ ਦੇ ਪੈਰੀ ਹੱਥ ਲਾ ਕੇ ਲੋਕਾਂ ਨੂੰ ਸਮਝਾਉਂਦੇ ਫਿਰਦੇ ਸੀ ਕਿ ਆਹ ਯੂਨੀਅਨ ਵਾਲੇ ਕਿਸਾਨ ਤਾਂ ਇਹਦਾ ਨਕਸਲਵਾੜੀ ਨੇ, ਇਹਦਾ ਵਿਰੋਧੀ ਧਿਰਾਂ ਦੇ ਚੱਕੇ ਹੋਏ ਨੇ, ਇਹਦਾ ਕਾਨੂੰਨ ਸਹੀ ਬਹੁਤ ਨੇ, ਅੱਜ ਕਿਹੜੇ ਮੂੰਹ ਨਾਲ ਕਹਿ ਰਹੇ ਹੋ ਕਾਨੂੰਨ ਮਾੜੇ ਆ, ਰੱਦ ਕਰੋ। ਸੋ ਇੱਥੋਂ ਸਾਨੂੰ ਲੋਕੋ ਅਕਲ ਨਹੀਂ ਆਉਂਦੀ, ਇੰਨਾ ਕੁਛ ਨੁਕਸਾਨ ਅਸੀਂ ਕਰਾ ਲਿਆ, ਪੰਜਾਬ ਤਬਾਹ ਕਰਤਾ ਇਹਨਾਂ ਲੋਕਾਂ ਨੇ, ਫਿਰ ਸਾਡਾ ਰੱਬ ਰਾਖਾ, ਫਿਰ ਸਾਨੂੰ ਕੋਈ ਨਹੀਂ ਬਚਾ ਸਕਦਾ। ਹਾਲੇ ਵੀ ਹੈਰਾਨੀ ਵਾਲੀ ਗੱਲ ਹੈ, ਅੱਜ ਬਾਦਲ ਕਦੇ ਰੈਲੀ ਰੱਖ ਲੇ, ਉਹਦੀ ਚੱਕ ਲਾਉਂਦੇ ਗੱਡੀਆਂ, ਪੱਲਿਓਂ ਖਰਚੇ ਕਰ ਕਰਕੇ ਜਾਓਗੇ, ਭਰ ਭਰ ਕੇ ਉੱਥੇ ਬੱਸਾਂ ਤੇ ਚੜ ਚੜ ਕੇ, ਕਾਂਗਰਸ ਰੱਖ ਲਏ ਉੱਥੇ ਪਹੁੰਚ ਜਾਓਗੇ। ਕੱਲ ਇੱਥੇ ਸਿੱਧੂ ਦੇ ਉੱਤੋਂ ਦੀ ਉਹ ਡਿੱਗਣ ਜਲੰਧਰ ਆਏ, ਸਿੱਧੂ ਬਾਰੀ ਭੰਨਤਾ ਲੋਕਾਂ ਨੇ ਧੱਕੇ ਮਾਰ ਮਾਰ ਕੇ। ਇਹ ਸਾਡੀ ਚਾਪਲੂਸੀ ਦੀ ਹੱਦ ਹੈ, ਇੰਨੇ ਚਾਪਲੂਸ ਬਣ ਗਏ ਅਸੀਂ ਇਹਨਾਂ ਲੋਕਾਂ ਦੇ ਪੈਰਾਂ ਡਿੱਗਦੇ ਜਾ ਕੇ। ਕੀ ਆ ਬਈ ਇਹ, ਰੱਬ ਆ ਖੁਦਾ ਜਾਂ ਕਿਹੜਾ ਮਾਰਕਾ ਮਾਰਤਾ 4.5 ਸਾਲ ਚ ਸਿੱਧੂ MLA ਦਾ ਰਿਹਾ ਹੀ ਆ ਯਾਰ, 4-4.5 ਸਾਲ ਸਿੱਧੂ MLA ਰਿਹਾ, ਪਹਿਲਾਂ MP ਵੀ ਰਿਹਾ। ਕੋਈ ਮੈਨੂੰ ਇੱਕ ਕੰਮ ਗਣਾ ਦਿਓ ਵੀ ਸਿੱਧੂ ਨੇ ਆਹ ਕਰਤਾ, ਠੀਕ ਆ ਤੁਰੇ ਫਿਰੋ ਮਗਰ। ਹੁਣ ਜਿਹੜੇ ਕਾਂਗਰਸੀ ਕਈ ਮਿਲਦੇ ਆ ਮੈਨੂੰ ਪਿੰਡਾਂ ਚ, ਖੁਸ਼ ਹੋਏ ਫਿਰਦੇ ਆ ਸਿੱਧੂ ਪ੍ਰਧਾਨ ਬਣ ਗਿਆ। ਮੈਂ ਗੱਲ ਇੱਕ ਯਾਦ ਕਰ ਲਓ ਕਾਂਗਰਸ ਕੋ, ਮੈਂ ਉਹਨੂੰ ਵੀ ਕਹਿਣਾ ਹੁੰਦਾ, ਜੇ ਸਿੱਧੂ ਕਦੇ ਖੁਦਾ ਨਾ ਖਾਤਾ ਤੁਹਾਡੇ ਆ ਕਮਲ ਪਣੇ ਨੇ 22 ਚ ਮੁੱਖ ਮੰਤਰੀ ਬਣਾਤਾ, ਜੇ ਨਾ ਬਾਦਲ ਤੇ ਕੈਪਟਨ ਨੂੰ ਚੰਗਾ ਕਹਾਤਾ ਇਹਨੇ, ਕਿਹੋ ਨੀ ਕਿਹੋ ਨਾ, ਉਹ ਭੁਲੇਖਾ ਸਾਨੂੰ ਗਮਰਾਹ ਕਰਨਾ ਸਾਰਾ। ਇਹਨਾਂ ਨੇ ਚਾਦਰ ਪਾਤੀ ਹੁਣ ਸਿੱਧੂ ਦੀ ਲਿਆ ਕੇ ਕੈਪਟਨ ਦੇ ਉੱਤੇ ਕੰਮਾਂ ਤੇ, ਕਾਂਗਰਸ ਦੇ ਵੀ, ਕਾਂਗਰਸ ਮਾੜੀ ਸੀ ਕੈਪਟਨ ਨੇ ਮਾੜਾ, ਆਹ ਜਿਹੜੇ ਸਾਰੇ ਆ ਚੋਰ ਇਕੱਠੇ ਹੋਏ ਵੇ, ਰੇਤੇ ਵੇਚਣ ਵਾਲੇ, ਸ਼ਰਾਬਾਂ ਵੇਚਣ ਵਾਲੇ, ਇਹਨਾਂ ਦੇ ਮੰਤਰੀ MLA ਜਿਹੜੇ ਕੱਲ ਰੌਲਾ ਪਾਉਂਦੇ ਸੀ ਕੈਪਟਨ ਨੇ ਮਾਰਤਾ, ਐ ਕਰਤਾ ਉਹ ਕਰਤਾ, ਹੁਣ ਖੁਸ਼ ਨੇ, ਸਿੱਧੂ ਆ ਗਿਆ, ਸਿੱਧੂ ਆ ਗਿਆ, ਕਿਹਦਾ ਬੋਲਦੇ ਤੁਸੀਂ ਸੁਣ ਲਏ ਹੋਣੇ, ਕਹਿੰਦੇ ਹੁਣ ਸਾਡਾ ਦੁਬਾਰੇ ਦਾਅ ਲੱਗ ਜੂਗਾ। ਇਹ ਦਾਅ ਲਾਉਣ ਵਾਲੇ ਆ, ਦਾਅ ਲਾ ਕੇ ਤੁਹਾਨੂੰ ਮਾਰ ਦੇਣਾ, ਤੁਹਾਡੇ ਇਹ ਪੰਜਾਬ ਤੁਸੀਂ ਆਪਣੀ ਜ਼ਿੰਦਗੀ ਲੰਘਾ ਰਹੀ ਆ, ਤੁਹਾਡੇ ਆਉਣ ਵਾਲੇ ਬੱਚਿਆਂ ਬਾਰੇ ਸੋਚੋ, ਆਉਣ ਵਾਲੀਆਂ ਨਸਲਾਂ ਬਾਰੇ ਸੋਚੋ ਕਿ ਇੱਥੇ ਪੰਜਾਬ ਦੀਆਂ ਨਸਲਾਂ ਇਹ ਰਹਿਣ ਯੋਗ ਰਹਿਣਾ, ਪੰਜਾਬ ਦੀ ਧਰਤੀ 'ਚ ਨਹੀਂ ਰਹਿਣਾ। ਆਹ ਦੇਖੋ ਇਹਨਾਂ ਦੇ ਦਰਦ ਦੇਖੋ ਵਿਚਾਰਿਆਂ ਦੇ। ਮੈਂ ਇਹਨਾਂ ਬਾਰੇ ਪਹਿਲਾਂ ਵੀ ਕਿਹਾ, ਕਈ ਤਾਂ ਵਿਚਾਰੇ ਇਸ ਚੱਕਰ 'ਚ ਬੁੜੇ ਹੋ ਗਏ, ਉਮਰਾਂ ਲੰਘਾ ਲਈਆਂ ਵਿਆਹ ਦੀਆਂ, ਵੀ ਪੱਕੇ ਹੋਵਾਂਗੇ, ਟੀਚਰ ਲੱਗਾਂਗੇ, ਫਿਰ ਟੀਚਰ ਕੁੜੀ ਨਾਲ ਵਿਆਹ ਕਰਾ ਲਾਂਗੇ, ਕੁੜੀਆਂ ਵੀ ਵਿਚਾਰੀਆਂ ਇਸ ਕਰਕੇ ਉਮਰ ਲੰਘਾ ਲਈਆਂ ਵੀ ਟੀਚਰ ਮੁੰਡੇ ਨਾਲ ਵਿਆਹ ਕਰਾ ਕੇ ਜ਼ਿੰਦਗੀ ਸੈੱਟ ਹੋ ਜਾਣੀਆਂ, ਇਹ ਚੱਕਰ 'ਚ ਆਪਣੇ ਵਿਆਹ ਦੀ ਉਮਰ ਵੀ ਲੰਘਾ ਲਈ। ਪਹਿਲਾਂ ਬਾਦਲ ਕੁੱਟੀ ਗਿਆ 10 ਸਾਲ, ਹੁਣ ਕੈਪਟਨ ਕੁੱਟੀ ਗਿਆ 4.5 ਸਾਲ ਹੋ ਗਏ। ਇਸ ਕਰਕੇ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਵੀ ਜਦੋਂ ਕੋਈ ਮਸਲਾ, ਇਹ ਨਾ ਸੋਚਿਆ ਕਰੋ ਇਕੱਲੀ ਕਿਸਾਨੀ ਦਾ ਮਸਲਾ,
ਅਸੀਂ ਕਿਸਾਨ ਹੀ ਬੋਲਾਂਗੇ ਇਕੱਲੇ ਮਾਸਟਰਾਂ ਦਾ ਮਸਲਾ ਮਾਸਟਰ ਹੀ ਬੋਲਣਗੇ ਜਿਹੜਾ ਵੀ ਮਸਲਾ ਡਾਕਟਰਾਂ ਦਾ ਮਾਸਟਰਾਂ ਦਾ ਦੁਕਾਨਦਾਰਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਜਿਹੜੇ ਵਰਗ ਦਾ ਜਿਹੜੇ ਮਰਜ਼ੀ ਖਿੱਤੇ ਦਾ ਮਸਲਾ ਹੋਵੇ ਰੌਲਾ ਹੋਵੇ ਹਰ ਬੰਦੇ ਨੂੰ ਉਹਦੇ ਉੱਤੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ।